سبحان الله. بار دیگر صلوات و صحبان ارواح معصومین دا استقبال ایک چھلک دیو ہی صلوات نال کرو. بانی مجلس دی وسعت رزق واسطے ایک صلوات سناؤ. تمام مومنین اپنی وسعت رزق واسطے صلوات پڑھو. نعرہ تکبیر، نعرہ رسالت، نعرہ حیدری، اپنے ماحول کو استوار کر کے کافی حضرات تشریف فرما ہو. اپنی تھکان کو پسے پشت رکھ کے باواز بلند نعرہ حیدری، حسینیت. تمام حسینی بیٹھے ہو، میرے مولا شبیر دے زندہ باد ہون دا اے واضح ثبوت ہے کہ میرے مولا دا نام اج تک زندہ ہے اور قیامت تک زندہ رہے گا. اس واسطے تمام حسینی ایک مرتبہ باواز بلند حسینیت، شابس، حسینیت، یزیدیت، نعرہ سلوات. مجلس سامعین، واجب الاحترام مومنین، میں اپنی حسب عادت اپنی مجلس کی ابتدا قصیدہ تو کر رہا ہوں. جناب دے اس عظیم شہر فیصل آباد عظیم مومنین دے سامنے میرا فرسٹ چانس ہے. اس مجمع مومنین کافی بیٹھے نے جنہیں میری کافی مجلس سنیئن. میرے ایک مخصوص انداز ہے، میں مخصوص انداز اچ آل محمد دی شان دے قصیدے لکھے نے اور مخصوص انداز دے وچ مصائب لکھے نے، مرثیے لکھے نے، مضامین لکھے نے. میں حقیر دا ایک بہت بڑا عالمی سطح تے مشہور ہے مرثیہ، پاکستان دا ہر نامور بھاویں وہ بحر المصائب ہے، بھاویں وہ قاری القصائد ہے، جتھے میں نہیں بھی پڑھیا اور ہو سکتا ہے میں کو موقع ہی نصیب نہ ہو سی، ایک کلام میرا پڑھیا جا رہا ہے. اس مرثیے کو آل محمد نے خصوصی ایک پاور بخشی ہے جس دے پہلے لفظ ان میں کو لوگو سجادہ تھے میں موئی بھین چاہی وینا. اے سٹائل واللہ با حسین، اے انداز ان تے سارے شہر لکھ رہے ہیں نا میں کو لوگو حسین آدھن اس قسم دے، مگر اس سے میدان ذاکری دے وچ میں اس قابل بھی نہیں. واللہ با حسین، میں جس علاقے دے رہائشی ہاں ایک معجزہ ہے کہ اس علاقے دے وچ اس اور اس فیملی بلوچ وچ میں ذاکر ہاں. چونکہ یہ بہت بڑا بڑا جلسہ ہے میرے سامنے، یہ میرے تک فرمائش ہے، فرمائشی میں وہ لفظ وتا نا، اے میرے مولا وہ لفظ نے ایک بےکسی ہے، بے کسی ہے سکینہ دی، بے وسی ہے سجاد دی. میں اپنے پروگرام دیتا کہ نا یار تو عظیم مومن ہے، چونکہ میں ایک قصیدہ سنانا چاہنا
ਵੱਲਾ ਬਹੁ ਸ਼ੈਨ, ਅਗਰ ਮੇਰਾ ਕਸੀਦ ਦਾ ਮੂਡ ਨਾ ਹੁੰਦਾ ਨਾ ਤੇ ਜਿਵੇਂ ਤੇਰੇ ਰੋਵਣ ਦਾ ਮੂਡ ਹਾ, ਮੈਂ ਤੇ ਮਸਾਹਿਬ ਸੁਣਾ ਕੇ ਮੈਂ ਰਸਪੁਰ ਬਾਸ ਕਰ ਛੋੜਾਂ। ਚਲੋ ਤੂੰ ਜਿਵੇਂ ਚਲੋ ਤੂੰ ਵਸੇ ਪਿਆ ਕਸੀਦੇ ਤੋਂ ਬਾਅਦ ਮੈਂ ਇੱਕ ਹੋਰ ਵੈਂ ਇਸ ਮਸੂਮਤ ਤੇ ਕੁਛ ਸੁਣਾ ਸਾਂ। ਹੁਣ ਮੇਰੇ ਨਾਲ ਤਬੀਅਤ ਮਿਲਾਓ ਤਾਂ ਕਿ ਮੈਂ ਇੱਕ ਆਪਣਾ ਲਿਖਿਆ ਕਸੀਦਾ ਜਨਾਬ ਕੁਛ ਸੁਣਾ ਸਕਾਂ। ਇਸ ਕਸੀਦੇ ਦਾ ਇਸਤਕਬਾਲ ਜਿਹੜੇ ਸ਼ੈਕੀਨ ਹਜ਼ਰਾਤ ਜਿਹਨੇ ਮੇਰੇ ਤੇ ਫਰਮਾਇਸ਼ਾਂ ਪਾਈਆਂ, ਮੈਂ ਉਹਨਾਂ ਕੋਲ ਮਦਦ ਖਾਹ ਹਾਂ। ਇਸ ਤੋਂ ਪਹਿਲੇ ਵੀ ਮੈਨੂੰ ਫੈਸਲਾਬਾਦ ਦੇ ਪ੍ਰੋਗਰਾਮ ਮਿਲੇ ਨੇ, ਮੇਰੇ ਸਾਈਡ ਤੇ ਮੇਰੇ ਸਾਹਿਬ ਬੈਠੇ ਨੇ, ਉਹ ਮੈਂ ਮਜਬੂਰੀ ਤੋਂ ਨਹੀਂ ਆ ਸਕਿਆ। ਇਨਸ਼ਾਅੱਲਾ ਜ਼ਿੰਦਗੀ ਬਾਕੀ, ਮੁਲਾਕਾਤ ਬਾਕੀ, ਔਰ ਜੋ ਮੇਰੀ ਕਾਬਲੀਅਤ ਹੈ ਮੇਰੇ ਕਸੀਦੇ ਬਾਕੀ। ਆ ਮੁਰਤਦਾ ਕੋ ਦੇਖ ਰਕੂ ਔਰ ਸਜੂਦ ਮੇ, ਸੁਣ ਮੈਂ ਆਪਣੇ ਕਸੀਦੇ ਦਾ ਇਸਤਕਬਾਲ ਕਰਦਾ ਮੋਸੇ ਨਕਵੀ ਦੀ ਰੁਬਾਈ ਦੇ ਨਾਲ। ਅਲੀ ਦਾ ਮੁਕਾਬਲਾ ਆਮ ਮਖਲੂਕ ਚ ਨਾ ਕਰ, ਆਮ ਬੰਦਿਆਂ ਚ ਨਾ ਕਰ, ਆਮ ਬੰਦਾ ਅਲੀ ਕੋ ਨਾ ਸਮਝ। ਪਹਿਲੇ ਵੇਖ ਅਲੀ ਨਮਾਜ਼ ਕਿਵੇਂ ਪੜ੍ਹਦਾ ਹੈ। ਅਲੇ ਜਾਓ ਮੇਰੀ ਜ਼ਾਕਰੀ ਚ ਵੱਲਾ ਬਹੁਤ ਸ਼ੈਲ, ਜਿੰਨੀ ਦੇਰ ਮੈਂ ਤੇਰੇ ਸਾਹਮਣੇ ਪੜ੍ਹਨਾ, ਫਜ਼ਾਇਲ ਉਮਰ ਸਾਹਿਬ ਵਿੱਚ ਕੋਈ ਬਰਥੀ ਦਾ ਲਫ਼ਜ਼ ਨਾ ਸੀ। ਅਲੀ ਕੋ ਦੇਖ, ਅਲੀ ਨਮਾਜ਼ ਕਿਵੇਂ ਪੜ੍ਹਦਾ ਹੈ, ਅਲੀ ਦਾ ਸਜਦਾ ਵੇਖ, ਰਕੂ ਵੇਖ, ਅਲੀ ਦੀ ਨਮਾਜ਼ ਔਰ ਸਜਦਾ ਤੇਰੇ ਨਾਲ ਮਿਲ ਜਾਏ ਤਾਂ ਫਿਰ ਬੇਸ਼ੱਕ ਆਖ ਅਲੀ ਮੇਰੇ ਜੀਆ। ਆ ਮੁਰਤਜ਼ਾ ਕੋ ਦੇਖ ਰਕੂ ਔਰ ਸਜੂਦ ਮੇ, ਬੇਮਿਸਲ ਬੇਨਜ਼ੀਰ ਕਿਆਮ ਔਰ ਕਊਦ ਮੇ, ਤਾਈਦ ਹੱਕ ਕਾ ਅਕਸ ਹੈ ਜਿਸ ਕੇ ਵਜੂਦ ਮੇ, ਹੈ ਨਾਮ ਜਿਸ ਕਾ ਸ਼ਾਮਿਲ ਹਮੇਸ਼ਾ ਦਰੂਦ ਮੇ। ਤਬੀਅਤ ਮਿਲਾਵੇ ਜੀਓ ਪੜ੍ਹੇ ਲਿਖੇ ਹਜ਼ਰਾਤ, ਚਲੋ ਵਸੋ, ਮੈਂ ਤੁਹਾਡਾ ਨਯਾ ਮਹਿਮਾਨ ਹਾਂ, ਮੇਰੀ ਹੌਸਲਾ ਅਫਜ਼ਾਈ ਫਰਮੈਸੋ। ਆ ਮੁਰਤਜ਼ਾ ਕੋ ਦੇਖ ਰਕੂ ਔਰ ਸਜੂਦ ਮੇ, ਬੇਮਿਸਲ ਬੇਨਜ਼ੀਰ ਕਿਆਮ ਔਰ ਕਊਦ ਮੇ, ਤਾਈਦ ਹੱਕ ਕਾ ਅਕਸ ਹੈ ਜਿਸ ਕੇ ਵਜੂਦ ਮੇ, ਹੈ ਨਾਮ ਜਿਸ ਕੇ ਸ਼ਾਮਿਲ ਹਮੇਸ਼ਾ ਦਰੂਦ ਮੇ, ਜੋ ਦਸ਼ਤ ਕੋ ਖਿਜ਼ਾ ਮੇ ਬਹਾਰੇ ਅਤਾ ਕਰੇ, ਅੰਧੇ ਭਿਕਾਰੀਓ ਕੋ ਕਤਾਰੇ ਅਤਾ ਕਰੇ। ਮਿਹਰਬਾਨੀ ਸ਼ਾਲਾ ਜੀਓ ਵਸੋ, ਮਿਹਰਬਾਨੀ ਆਬਾਦ ਰਹੋ। ਜੋ ਦਸ਼ਤ ਕੋ ਖਿਜ਼ਾ ਮੇ ਬਹਾਰੇ ਅਤਾ ਕਰੇ, ਅੰਧੇ ਭਿਕਾਰੀਓ ਕੋ ਕਤਾਰੇ ਅਤਾ ਕਰੇ। ਜਨਾਬ ਦੀ ਮੁਹੱਬਤ ਦੇਖ ਕੇ ਸ਼ਾਨ ਅਲੀ ਦੀ ਇੱਕ ਹੋਰ ਰੁਬਾਈ ਅਰਜ਼ ਕਰਦਾ, ਐਤਬੀਅਤ ਇੱਕ ਸਲਵਾਤ ਹੋ ਜਾਏ। ਬੜੀ ਪਿਆਰੀ ਰੁਬਾਈ, ਬਹੁਤ ਥੋੜ੍ਹਾ ਵਕਤ ਹੈ, ਇਹ ਬਾਨੀ ਮਜਲਿਸ ਇਹ ਸਟੇਜ ਸੈਕਸੀ, ਉਹਨਾਂ ਦੀ ਬਹੁਤ ਮਜਬੂਰੀ ਹੈ ਕਿਉਂਕਿ ਕਾਫੀ ਹਜ਼ਰਾਤ ਪੜ੍ਹਨ ਵਾਲੇ ਨੇ। ਮੈਂ ਆਪਣੇ ਵਕਤ ਦੇ ਅੰਦਰ ਕੋਸ਼ਿਸ਼ ਕਰ ਰਿਹਾ ਮਜਲਿਸ ਮੇਰੀ ਮੁੱਕ ਜਾਏ। ਦਰਿਆਏ ਇਲਮ ਫਜ਼ਲ ਕਾ ਗੌਹਰ ਤੋ ਹੈ ਅਲੀ, ਸੁਣਨਾ, ਦਰਿਆਏ ਇਲਮ ਫਜ਼ਲ ਕਾ ਗੌਹਰ ਤੋ ਹੈ ਅਲੀ, ਲਫ਼ਜ਼ ਅਲੀ ਆਖਰ ਤੇ ਆ ਰਿਹਾ, ਸਾਰੇ ਅਲੀ ਵਾਲੇ ਬੈਠੇ ਹੋ। ਮੈਂ ਇਲਤਮਾਸ ਕਰਸਾਂ ਕਿ ਜਿਹੜਾ ਇਹ ਆਖਰ ਵਾਲਾ ਲਫ਼ਜ਼ ਹੈ ਅਲੀ, ਇਹ ਮੇਰੇ ਨਾਲ ਤੁਸੀਂ ਅਖਵਾਵਣਾ। ਇੱਕ ਤਾਂ ਜਿੰਨੀ ਵਾਰ ਮੌਲਾ ਦਾ ਨਾਮ ਤੇਰੇ ਮੂੰਹ ਚੋਂ ਨਿਕਲ ਸੀ, ਉਨੀ ਵਾਰ ਖਤਮੇ ਕੁਰਾਨ ਦਾ ਸਵਾਬ ਮਿਲ ਸੀ, ਦੂਸਰਾ ਇਸ ਕਤੇ ਦੀ ਖੂਬਸੂਰਤੀ ਵੱਧ ਗਈ ਸੀ। ਤਕਲੀਫ ਕਰ ਸੋ ਨਾ, ਦਰਿਆਏ ਇਲਮ ਫਜ਼ਲ ਕਾ ਗੌਹਰ ਤੋ ਹੈ, ਬੋਲੋ ਸਾਰੇ, ਚਲੋ ਜੀਓ ਮਿਹਰਬਾਨੀ। ਦਰਿਆਏ ਇਲਮ ਫਜ਼ਲ ਕਾ ਗੌਹਰ ਤੋ ਹੈ ਅਲੀ, ਏਸਾਸ ਕਿਰਦਗਾਰ ਕਾ ਜੌਹਰ ਤੋ ਹੈ, ਬਲ ਸੁਣਨਾ, ਦਰਿਆਏ ਇਲਮ ਫਜ਼ਲ ਕਾ ਗੌਹਰ ਤੋ ਹੈ ਅਲੀ, ਏਸਾਸ ਕਿਰਦਗਾਰ ਕਾ ਜੌਹਰ ਤੋ ਹੈ ਅਲੀ, ਅਬ ਕਿਆ ਕਹੂੰ ਅਲੀ ਕੀ ਫਜ਼ੀਲਤ ਕੇ ਬਾਬ ਮੇ, ਕੁਛ ਵੀ ਨਾ ਹੋ ਬਤੂਲ ਕਾ ਸ਼ੌਹਰ ਤੋ ਹੈ ਅਲੀ। ਬਸ
ਮੈਂ ਜਿਹੜੇ ਕਸੀਦੇ ਲਿਖੇ ਨੇ ਮੈਂ ਇਹੋ ਤਾਰਫ ਨਾ ਕਰਦਾ ਰਹਾਂ। ਬੜੇ ਬੜੇ ਲੰਬੇ ਕਸੀਦੇ ਹੁੰਦੇ ਨੇ, ਬੜੇ ਲੰਬੇ। ਉਹ ਇਸ ਵਾਸਤੇ ਜੋ ਮੇਰਾ ਹਰ ਕਸੀਦਾ ਕੁਰਾਨੀ ਆਯਾਤ ਨਾਲ ਜਾਂ ਉਹ ਹਦੀਸ ਨਾਲ ਤਲਕ ਰੱਖਦਾ ਹੈ, ਲਿਹਾਜ਼ਾ ਮੈਂ ਮਜਲਿਸ ਦੇ ਵਿੱਚ ਬਿਲਕੁਲ ਮੁਖਤਸਰ ਜੇ ਜਿਹੜੇ ਮੇਰੇ ਸਾਹਮਣੇ ਆਏ ਨੇ। ਇਹ ਹਯਾਤੁਲ ਕਲੂਬ ਦੇ ਵਿੱਚ ਇੱਕ ਪੈਰਾ ਹੈ, ਅਲਾਮਾ ਮਜਲਸੀ ਲਿਖਦੇ ਨੇ ਕਿ ਅਲੀ ਨੂੰ ਹਰ ਬੰਦਾ ਮੌਲਾ ਨਹੀਂ ਮੰਨ ਸਕਦਾ। ਸੁਣ ਰਿਹਾ, ਪੜ੍ਹੇ ਲਿਖਿਆ ਮਜਮਾ, ਅਲੀ ਨੂੰ ਹਰ ਬੰਦਾ ਮੌਲਾ ਨਹੀਂ ਮੰਨ ਸਕਦਾ। ਮੈਂ ਬਿਲਕੁਲ ਠੁੱਲੀ ਪੰਜਾਬੀ ਆਪਣੀ ਜੰਗ ਦੀ ਉਸ ਅਦਬ ਨੂੰ ਮਲਹੂਜ਼ ਖਾਤੇ ਰੱਖ ਕੇ ਇੱਕ ਸ਼ੇਰ ਸੁਣਾਉਣ ਲੱਗਾ ਅਤੇ ਬਿਲਕੁਲ ਸਾਦਗੀ ਉਸਨੂੰ ਪੇਸ਼ੇ ਨਜ਼ਰ ਰੱਖ ਕੇ ਇੱਕ ਸ਼ੇਰ ਹੈ। ਅਲੀ ਨੂੰ ਹਰ ਬੰਦਾ ਮੌਲਾ ਨਹੀਂ ਮੰਨ ਸਕਦਾ, ਕੌਣ ਹੈ ਜਿਹੜਾ ਅਲੀ ਨੂੰ ਆਖਸੀ ਜੋ ਅਲੀ ਮੇਰਾ ਮੌਲਾ। ਮੇਰੇ ਬਾਅਦ ਹੀ ਬਲੋਚ ਸ਼ਾਹ ਪੜ੍ਹਨ ਵਾਲੇ ਨੇ, ਹਾਂ ਤੁਸਾਂ ਦੁਆ ਮੰਗੋ ਬਲੋਚਾਂ ਦੇ ਹੱਕ 'ਚ ਖਾਸ ਤੌਰ 'ਤੇ ਕਿ ਇਹਨਾਂ ਸਾਰਿਆਂ ਕੋ ਅੱਲਾ ਜ਼ਾਕਿਰ ਬਣਾ ਹੈ। ਹੈ ਮੇਰਾ ਅਲੀ ਮੌਲਾ, ਮੇਰਾ ਅਲੀ ਮੌਲਾ, ਮੇਰਾ ਅਲੀ ਮੌਲਾ, ਮੇਰਾ ਅਲੀ ਮੌਲਾ, ਓ ਮੇਰਾ ਅਲੀ ਮੌਲਾ। ਬੜੀ ਸਾਰੀ ਤਰਜ਼ਾਂ ਦੇ ਲਿਹਾਜ਼ ਦੇ ਨਾਲ ਜਿਹੜੇ ਤੁਸੀਂ ਆ ਉਹ ਬਿਲਕੁਲ ਨਵੀਆਂ ਇੰਡੀਆ ਦੀ ਤਰਜ਼ਾਂ ਸੁਣਦੇ ਹੋ, ਉਹ ਤਰਜ਼ ਨਹੀਂ ਹੈ, ਸਾਡੇ ਪਾਕਿਸਤਾਨ ਦੀ ਬਹੁਤ ਪੁਰਾਣੀ ਤਰਜ਼ ਹੈ। ਇੱਕ ਨਾਰਾ ਹੋ ਜਾਏ ਉੱਚੀ ਆਵਾਜ਼ ਨਾਲ ਮੌਲ ਅਲੀ ਦੇ ਨਾਮ ਦਾ, ਮੇਰੀ ਬਾਤ ਨੂੰ ਸਮਝੇ। ਸੋ ਇੱਕ ਦੋ ਵਿੱਚ ਬਰੀਕੀਆਂ ਨੇ, ਬਰੀਕੀਆਂ ਮੈਂ ਸਟੇਜ ਤੇ ਖੜਾ, ਮੇਰੇ ਜ਼ਾਕਿਰ ਬਰਾਮਕ ਨੂੰ ਇਲਮ ਹੈ, ਮੈਂ ਸੀ ਟੀ ਟੀਚਰ ਵੀ ਹਾਂ, ਮੈਂ ਅੰਗਰੇਜ਼ੀ ਦਾ ਕਸੀਦਾ ਲਿਖ ਸਕਦਾ, ਮਤਲਬ ਬਹੁਤ ਹੈ, ਮਗਰ ਮੈਂ ਜਿਹੜਾ ਵੀ ਲਿਖਿਆ ਠੁੱਲੀ ਪੰਜਾਬੀ ਦਾ ਕਸੀਦਾ ਲਿਖਿਆ, ਮਗਰ ਉਸ ਜ਼ਿੰਮੇਵਾਰ ਹੋਇਆ। ਓ ਮੇਰਾ ਅਲੀ ਮੌਲਾ, ਲਫ਼ਜ਼ ਆ ਰਿਹਾ ਹੈ ਮੇਰਾ ਅਲੀ ਮੌਲਾ, ਮੇਰਾ ਉਹ ਕੌਣ ਹੈ ਜਿਹੜਾ ਆਖਸੀ ਮੇਰਾ ਅਲੀ ਮੌਲਾ। ਇਹ ਬਸ ਕੀ ਹੈ, ਮੇਰਾ ਅਲੀ ਮੌਲਾ, ਮੇਰਾ ਅਲੀ ਮੌਲਾ, ਚਲੋ ਜੀ ਮਿਹਰਬਾਨੀ, ਮਿਹਰਬਾਨੀ ਭਾਈ, ਮਿਹਰਬਾਨੀ ਵਾਲਕ ਮਾਨਕ ਵਾਲਕ, ਚਲੋ ਜੀ ਆਪਣਾ ਲੁਤਫ ਹੈ। ਮੇਰਾ ਅਲੀ ਮੌਲਾ, ਮੇਰਾ ਅਲੀ ਮੌਲਾ, ਹੁਣ ਦੇਖਣਾ ਬਾਈ ਜਿਹਨੂੰ ਅੰਮੀ ਦੀ ਦੁਆ ਤੇ ਸਹੀ ਸਾਹਿਬ ਤੇਰੇ ਜ਼ਿੰਮੇ ਬੜੀ ਜ਼ਿੰਮੇਦਾਰੀ ਹੈ, ਵੱਲਾ ਬਹੁਤ ਸਾਹਿਬ ਬਹੁਤ ਜ਼ਿੰਮੇਦਾਰੀ ਹੁੰਦੀ ਹੈ ਜ਼ਾਕਰਾਂ ਨੂੰ ਪੜਾਉਣਾ ਤੇ ਵੱਧ ਟਾਈਮ ਤੇ ਖਿੱਚ ਕੇ ਲਿਆਉਣਾ। ਹੈ ਹੁਣ ਦੇਖਿਆ ਮੇਰੇ ਬਾਈ ਸ਼ੇਰ ਬੜਾ ਪਿਆਰਾ ਹੀ, ਮੇਰਾ ਅਲੀ ਮੌਲਾ ਜਿਹਨੂੰ ਅੰਮੀ ਦੀ ਦੁਆ ਪਿਆ ਉਹ ਆਖਦਾ ਮੇਰਾ ਅਲੀ ਮੌਲਾ। ਫੈਸਲਾਬਾਦ ਦਾ ਮੋਮਿਨ, ਨਿਵਾਈ ਇਲਾਕੇ ਦਾ ਮੋਮਿਨ, ਲਫ਼ਜ਼ ਪਹਿਲੇ ਵੀ ਆ ਰਿਹਾ ਮੇਰਾ ਅਲੀ ਮੌਲਾ, ਇੰਡ ਤੇ ਆ ਰਿਹਾ ਮੇਰਾ ਅਲੀ ਮੌਲਾ। ਇਹਦਾ ਨਿਭਾਓ ਦੇਖਣਾ, ਸ਼ਹਿਰ ਬੈਠੇ ਹੋ ਸ਼ੇਰੀ ਨੂੰ ਪਸੰਦ ਕਰਨ ਵਾਲੇ, ਆਪਣੇ ਵਕਤ ਦਾ ਮਲੰਗ ਨਾਮ ਸ਼ਾਹ ਸ਼ਮਸ, ਦੇਖਣਾ ਭਾਈ ਮੇਰਾ ਅਲੀ ਮੌਲਾ, ਮੇਰਾ ਅਲੀ ਮੌਲਾ। ਇਹਦਾ ਨਿਭਾਓ ਦੇਖਣਾ ਮੇਰਾ ਅਲੀ ਮੌਲਾ, ਇਹਦਾ ਨਿਭਾਓ ਦੇਖਣਾ। ਸ਼ਾਹ ਸ਼ਮਸ ਬੋਟੀ ਮਿਲੀ, ਗੋਸ਼ਤ ਦਾ ਟੁਕੜਾ ਮਿਲਿਆ ਸੀ, ਬੁੰਨਣ ਵਾਸਤੇ ਅੱਗ ਕੋਈ ਨਹੀਂ ਦੇ ਰਿਹਾ। ਸੁਣਦੇ ਬੈਠੇ, ਹਰ ਘਰ ਚ ਮਾਯੂਸ ਮੁਤਾਇਰ ਵੱਲਿਆ ਚੌਕ ਚਾਇਆ ਇਸ਼ੇ ਸ਼ੇਰ ਮੈਨੂੰ ਡੇਖ ਕੇ ਸੁਣ। ਸੋ ਲੋਕ ਜਮੋਏ ਆਦਰ ਸ਼ਮਸ ਬੋਟੀ ਖਾਸੇ, ਹਾਂ ਕੱਚੀ ਅਦਰ ਨਹੀਂ ਭੁੰਨ ਕੇ ਖਾਸਾ, ਕੱਚੀ ਨਹੀਂ ਖਾਣੀ ਬੋਟੀ ਮੈਂ ਭੁੰਨ ਕੇ ਖਾਸਾ। ਕਿਵੇਂ ਅੱਗ ਤੇ ਤੈਨੂੰ ਮਿਲਣੀ ਕੋਈ ਨਹੀਂ, ਜੇ ਭੁੰਨ ਕੇ ਖਾਣੀ ਸਾਡੇ ਪਾਸੇ ਲੱਗਾ,
ਹੁਣੀ ਚਾਂਸ ਹੈ ਜੇ ਬੋਟੀ ਬੁਣ ਕੇ ਖਾਣੀ ਹੈ ਸਾਡੇ ਪਾਸੇ ਲੰਘਾ ਲਫ਼ਸ ਮੇਰਾ ਅਹਿਲੀ ਮੌਲਾ ਜ਼ਿਹਨ 'ਚ ਰੱਖਣਾ ਚਾਹੀਦਾ ਆਦਾ ਮੈਂ ਤੁਹਾਡੇ ਪਾਸੇ ਹੀ ਕਿਉਂ ਨਹੀਂ ਆਉਣਾ ਬੋਟੀ ਬੁਣ ਕੇ ਖਾਣੀ ਆਦਨ ਸਾਡੇ ਪਾਸੇ ਕਿਉਂ ਨਹੀਂ ਆਉਂਦਾ ਬੋਟੀ ਬੁਣ ਕੇ ਕਿਵੇਂ ਖਾਸੇ ਤੜਪ ਕੇ ਕੀ ਆਖਦਾ ਤੁਹਾਡੇ ਪਾਸੇ ਕਿਵੇਂ ਆਵਾ ਹੱਕ ਵਾਲੇ ਛੱਡ ਕੇ ਕਿਵੇਂ ਆਵਾ ਇਸ ਤੋਂ ਟੁੱਲੀ ਪੰਜਾਬੀ ਔਰ ਫਿਰ ਹਕੀਕਤ ਤੁਹਾਡੇ ਪਾਸੇ ਕਿਵੇਂ ਆਵਾ ਹੱਕ ਵਾਲੇ ਬੋਲ ਉਹ ਤੁਹਾਡੇ ਪਾਸੇ ਹੱਕ ਵਾਲੇ ਛੱਡ ਕੇ ਉਹ ਇਹ ਸ਼ਮਾ ਸਸਮਾਨੀ ਹੁਣ ਥੱਲੇ ਛੱਡ ਕੇ ਇਹ ਸ਼ਮਾ ਕਿਆ ਥੱਲੇ ਛੱਡ ਕੇ ਉਹ ਉੱਤੇ ਬੋਟੀ ਬਖੁਦਾ ਉੱਤੇ ਬੋਟੀ ਬਖੁਦਾ ਉਹ ਲੈ ਸਭੁਨੇ ਕਿ ਮੈਂ ਖਾ ਮੇਰਾ ਅਹਿਲੀ ਮੌਲਾ ਸ਼ਾਲਾ ਜੀ ਜੀ ਇੱਕ ਸ਼ੇਰ ਇੱਕੋ ਸੁਣਾਉਣਾ ਅਤੇ ਤੁਹਾਡੀ ਮੁਹੱਬਤ ਦੇ ਕੇ ਇੱਕ ਸ਼ੇਰ ਸੁਣਾਉਣਾ ਅਲਾਮਾ ਮਜਲਸੀ ਲਿਖਦੇ ਹਨ ਜਿੰਨਾ ਇੱਥੇ ਅਲੀ ਕੋਈ ਮੌਲਾ ਨਹੀਂ ਮੰਨਿਆ ਤੁਸੀਂ ਸਾਰੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਬੈਠੇ ਹੋ ਔਰ ਖਾਸ ਤੌਰ 'ਤੇ ਇਹ ਜਿਹੜਾ ਫੈਸਲਾਬਾਦ ਹੈ ਨਾ ਗੋ ਮੈਂ ਪਹਿਲੀ ਮਰਤਬਾ ਪੜ੍ਹ ਰਿਹਾ ਸਾਡੇ ਕੋਲ ਸਾਰੀਆਂ ਮਾਲੂਮਾਤਾਂ ਜਿਵੇਂ ਤੁਹਾਡੇ ਕੋਲ ਜ਼ਾਕਰਾਂ ਦੀਆਂ ਹੁੰਦੀਆਂ ਨਾ ਜੀ ਫਲਾਣਾ ਬੜਾ ਜ਼ਾਕਰ ਯਾਰ ਪੜ੍ਹਦਾ ਵਜ੍ਹਾ ਸਾਡੇ ਕੋਲ ਨਿਸ ਪੜਿਆ ਸਾਨੂੰ ਵੀ ਪਤਾ ਹੁੰਦਾ ਹੈ ਸਭ ਮਾਮਲਾ ਦਾ ਬੜੇ ਪੜ੍ਹੇ ਲਿਖੇ ਮੇਰਾ ਅਹਿਲੀ ਮੌਲਾ ਅਲਾਮਾ ਸਾਹਿਬ ਲਿਖਦੇ ਨੇ ਕਿ ਪੁਲ ਸਰਾਤ ਜਿਹੜੀ ਬਾਲ ਤੋਂ ਬਰੀਕ ਹੈ ਤਲਵਾਰ ਤੋਂ ਤੇਜ਼ ਹੈ ਵੱਲਭ ਹੁਸੈਨ ਇਹ ਮੈਂ ਸ਼ੇਰ ਸੁਣਾ ਰਿਹਾ ਅਗਰ ਮੈਂ ਇਸਦੀ ਤਫਸੀਰ ਜ਼ੁਬਾਨ 'ਚ ਕਰਨ ਲਫ਼ਜ਼ਾਂ ਹੀ ਤੁਸੀਂ ਮੈਨੂੰ ਬਹੁਤ ਬੜਾ ਆਲਮ ਆਖਸੋ ਮਗਰ ਉਹ ਜੁਮਲਾ ਸਾਰਾ ਇੱਕ ਸ਼ੇਰ ਚਰਚ ਕਰ ਉਹ ਆਦਮ ਜਿੰਨਾ ਇੱਥੇ ਅਲੀ ਕੋ ਮੌਲਾ ਨਹੀਂ ਮੰਨਿਆ ਜਿੰਨਾ ਜਿੰਨਾ ਨਹੀਂ ਮੰਨਿਆ ਪੁਲ ਸਰਾਤ ਕੋਲ ਉਹਨਾਂ ਨੂੰ ਫਰਿਸ਼ਤਿਆਂ ਚਿਕਣਾ ਚਿਕਣਾ ਸਮਝਦੇ ਨਾ ਇਹ ਫੈਸਲਾਬਾਦ ਜੰਗ ਰਲੇ ਮਿਲੇ ਦਿਲਾ ਫਰਿਸ਼ਤਿਆ ਚਿਕਣਾ ਉਹਨਾਂ ਦੇ ਹੱਥ 'ਚ ਹਰਬੇ ਉਹ ਸਿਰ ਹਰਬੇ ਹੇ ਜ਼ਬਰ ਹਰ ਹੇ ਹੱਟ ਅਲੀ ਬੇ ਬੇ ਅਸਾਂ ਬਲੋਚਾਂ ਇਸ ਦਾ ਮਾਨਾ ਲਿਆ ਹੈ ਡਾਂਗ ਲਿਖਿਆ ਬਈ ਸ਼ੇਰ ਬੜਾ ਪਿਆਰਾ ਬੜਾ ਬੜਾ ਫਰਿਸ਼ਤਿਆਂ ਚਿਕਣਾ ਜਿਨ੍ਹਾਂ ਅਲੀ ਕੋ ਮੌਲਾ ਨਹੀਂ ਮੰਨਿਆ ਹੱਥ 'ਚ ਹਰਬਾ ਯਾਨੀ ਡਾਂਗ ਵਿੱਚੋਂ ਅੱਗ ਨਿਕਲਦੀ ਪਈ ਸੀ ਜਿਹੜੇ ਇੱਥੇ ਮੌਲੇ ਬਣੇ ਰਹੇ ਉਹਨਾਂ ਕੋਲ ਮੇਰੇ ਮੌਲਾ ਚਿਕਣਾ ਮੇਰੇ ਮੌਲਾ ਦੇ ਹੱਥ 'ਚ ਡਾਂਗ ਆਉਣੀ ਉਹ ਹਰਬਾ ਹੁਣ ਡਾਂਗ ਦਾ ਮੁਖੱਫੇ ਜਿੱਥੇ ਮੈਂ ਰਾਨਾ ਵੱਲਭ ਹੁਸੈਨ ਮੈਂ ਗਲਤ ਨਹੀਂ ਆਖ ਰਿਹਾ ਅਸਾਂ ਗਰੀਬ ਬੰਦੇ ਹਾਂ ਮਸਕੀਨ ਹੈ ਕਦੀ ਦੇ ਰਾਣਾ ਨੇ ਇਹ ਜਦੀਦ ਅਸਲਾ ਅਜੇ ਹੀ ਸਾਡੇ ਕੋਲ ਕੋਈ ਨਹੀਂ ਸਾਡੇ ਕੋਲ ਡਾਂਗਾਂ ਦੀ ਲੜਾਈ ਆਉਂਦੀ ਹੈ ਹੁਣ ਵੀ ਆਉਂਦੀ ਸਿਰ ਦਾ ਮਧਾਣੀ ਜੁੱਟ ਬਣ ਗਿਆ ਸ਼ੇਰ ਬੜਾ ਪਿਆਰਾ ਮੇਰਾ ਅਹਿਲੀ ਮੌਲਾ ਨਹੀਂ ਕੁਜ਼ੀਨ 'ਚ ਰੱਖੇ ਬਲੋਚ ਡਾਂਗਾ ਝਲ ਕੇ ਆਇਆ ਸਿਰ ਦਾ ਮਧਾਣੀ ਜੁੱਟ ਸ਼ਰੀਕਾਂ ਵੱਧ ਬੋਲੀ ਮਾਰੀ ਕਿਹੜੀ ਖੱਲੇ ਝਲ ਆਇਆ ਖੱਲੇ ਪੌਲੇ ਮੇਰੇ ਬਾਈ ਪੇ ਤਾਂ ਪੌਲਾ ਚ ਪੌਲੇ ਸੇ ਹੁਣ ਲਿਖਿਆ ਮੇਰੇ ਬਾਈ ਲੱਗੀ ਡਾਂਗ ਸ਼ਰੀਕਾ ਦਾ ਪੌਲੇ ਪੌਲੇ ਕਿਉਂ ਆਦਾ ਗੋਠ ਮਾਰ ਕੇ ਸਿਰ ਹਲਾਉਣਾ ਲਿਆ ਮੈਨੂੰ ਦੇਖੀ ਹੈ ਪੌਲੇ ਕਿਉਂ ਆਖਦੇ ਨੇ ਪੌਲੇ ਚ ਬੀਸਤੀ ਜ਼ਿਆਦਾ ਹੈ ਬਸ ਚਮਾਨ ਪੋਲੇ ਉੱਤੇ ਰੌਲੇ ਮੁਕਸੈਨੇ ਬਸ ਚਮਾਨ ਪੋਲੇ ਉੱਤੇ ਰੌਲੇ ਮੁਕਸੈਨੇ ਓਏ ਬਸ ਚਮਾਨ ਪੋਲੇ ਉੱਤੇ ਰੌਲੇ ਮੁਕਸੈਨੇ ਓਏ ਤੇਰੇ ਮੰਨੇ ਹੋਏ ਮੌਲੇ ਅਨ ਪੋਲੇ ਛੁੱਟ ਸੇ ਹੋਰ ਸੁਣਦਾ ਪਿਆ ਬਸ ਤੇਰੇ ਲਫ਼ਜ਼ ਨੂੰ ਮੈਂ ਆਖ ਦਿੰਦਾ ਮਿਹਰਬਾਨੀ ਭਾਈ ਮਿਹਰਬਾਨੀ ਭਾਈ ਮਿਹਰਬਾਨੀ ਬਸ ਬਸ ਚਮਾਨ ਪੋਲੇ ਉੱਤੇ ਰੌਲੇ ਮੁਕਸੈਨੇ ਬਸ ਚਮਾਨ ਪੋਲੇ ਉੱਤੇ ਰੌਲੇ ਮੁਕਸੈਨੇ ਓਏ ਤੇਰੇ ਮੰਨੇ ਹੋਏ ਮੌਲੇ ਅਨ ਪੋਲੇ ਬਲਖਿਆ ਮੇਰਾ ਅਹਿਲੀ ਮੌਲਾ ਅਨ ਪੋਲੇ ਛੁਟਸੈਨੇ ਓਏ ਅਸੀਂ ਅੱਲਾਹ ਹੈ ਗਵਾਹ ਅਸੀਂ ਅੱਲਾਹ ਹੈ ਗਵਾਹ ਓਏ ਤੇਰੇ ਮੌਲੇ ਦੀ ਨਿਦਾ ਮੇਰਾ ਅਹਿਲੀ ਮੌਲਾ ਜੀਓ ਵਾਲਾ ਹਾਂ
اللہ جان میں تیرے تو جو لفظ استعمال کیتا میں کہ پاولا لفظ ہو جائے دیکھا بھائی بس چمن ببولے ترولے مکسے اے بس چمن ببولے ترولے مکسے اے تیرے من نے ہوئے مولے انو پولے چھٹسے اے تیرے من نے ہوئے مولے انو پولے چھٹسے اے اسی اللہ گواہ اسی اللہ گواہ اے تیرے مولے دی ندا میرا اہل مولا ایک بار علی علی ہو جائے اونچی آواز نال کئی منٹ باقی ہے کوئی منٹ باقی ہے مجبوری ہے نا ول ول مٹ بابا اللہ پاک جی قسم میں میں آل محمد ذاکرہ چوں بالکل سدھا جی ادا کراں سدھا سادھا میں کچھ ایسا ٹائم ملے میری کوشش ہوتی ہے کہ میں اس تو زیادہ نہ پڑھا ویسے جیڑی جائی تے پہ کے یہ آل محمد کرم ہے جس دی بار بار پھوڑ پہ لینا میں جنہیں جنہیں بندے میری جگہ ویکھی ہے وہ تصور بھی نہیں کر سکتے میں بلوچ فیملی نال تعلق رکھنا میرا پیو میرے واسطے 70,000 دی لائبریری چھوڑ گیا میرا کوئی قصیدہ کتاب تو باہر نہیں ہے میں یہ آخری لفظ یہ رنگ قصیدہ دوسری سٹیج سے جی میں 2 منٹ دے وچ ساری مجلس سے مکمل کروں گا اور سٹیج چھوڑوں گا اچھیاں ماواں اچھے پتر جمدیاں بہت بڑی بات ہے بس یہ گل سنا کے میں سٹیج چھوڑا چنگیاں ماواں چنگے پتر جمدیاں میرا بھائی بیٹھا کوئی میں 5 منٹ ادو لے سا تیرے رنگ نہ آوے تے ونجے ہاں آج میرا دل میں آ میں 4-5 جلسے چکائے نے اشتہار تے نام پیا میرا دل آ میں جو کچھ یاد سنا چھوڑا مگر مجبوری ہے چنگیاں ماواں بس خان صاحب چنگے پتر جمدیاں حسنین شریف آئے یہ بھی ایک امی دے پتر ہیں اس عظیم مجمع دے سامنے میرا سوال ہے سوال یا نشان اپنی پیشانی دے سامنے رکھ کہ حسنین شریفین اپنی امی دے کہجے پتر اے حسنین بطول دیو بچڑے حسنین بطول دیو بچڑے حسنین بطول دیو میں مصائب سناواں اک اک لفظ حسنین حسنین بطول دے اوہ بچڑے حسنین بطول دے اوہ بچڑے ایتھے بھی سوال بن گیا کہ جے بچڑے بڑا پیارا جے لفظ ہے حسنین بطول دیو بچڑے حسنین بطول دیو بچڑے حسنین بطول دیو بچڑے سن سو حسنین بطول دیو بچڑے حسنین بطول سارا قصیدہ میری ساری مجلس اے سر سٹ کے سنے آئے اگلا لفظ میں ڈڈے کے سنا حسنین بطول دیو بچڑے حسنین بطول دیو بچڑے جبریل پوائیں دائے آ کپڑے جا کے تو بیٹھے جا کے ذرا جا کے جبریل پوائیں دائے آ کپڑے میں پڑھے لکھے کو بور نہ ہوڑ دے سا حسنین بطول دیو بچڑے حسنین بطول دیو بچڑے او جبریل پوائے دائے آ کپڑے جبریل پوائے دائے آ کپڑے او کیڑا انہاں دے رتبے نو اپڑے انہاں دی تا مثال کوئی نہیں کوئی نہیں مثال کوئی نہیں او اللہ سائیں دے کام کیتے گل سمجھیں گل سمجھیں بڑی سادگی ہے حسنین نے اللہ سائیں دے کم کیتے ہن دیکھنا میرے بھائی کم ہر نبی نے کیتے
ਹਰ ਇਮਾਮ ਨੇ ਕੀਤੇ ਇਹਨਾਂ ਕੋਈ ਵੱਖਰੇ ਕੀਤੇ ਹਾਂ ਵੱਖਰੇ ਕੀਤੇ ਉਹ ਕਿਸ ਤਰ੍ਹਾਂ ਇਹਨਾਂ ਅੱਲਾ ਸਾਈਂ ਦੇ ਕੰਮ ਕੀਤੇ ਇਹਨਾਂ ਅੱਲਾ ਸਾਈਂ ਦੇ ਕੰਮ ਕੀਤੇ ਉਹ ਹਰ ਦਮ ਕੀਤੇ ਬੇਗਮ ਕੀਤੇ ਹਰ ਦਮ ਕੀਤੇ ਉਹ ਬੇਗਮ ਕੀਤੇ ਉਹ ਜੁੜ ਜੰਨਾ ਜੋਰਾਂ ਨੇ ਸੀਤੇ ਇਹਨਾਂ ਦੇ ਦਮ ਸਾਲ ਕੋਈ ਨੇ ਮੁਕੀ ਬਾਤ ਇਹਨਾਂ ਦੀ ਤਾਂ ਮਿਸਾਲ ਕੋਈ ਨਹੀਂ ਹਸਨੈਨ ਸ਼ਰੀਫੈਨ ਦਾ ਇਕੱਠਾ ਕਸੀਦਾ ਹੱਕ ਬਣਦਾ ਪਹਿਲਾ ਸ਼ੇਰ ਇਮਾਮ ਹਸਨ ਦਾ ਸੁਣਾਵਾਂ ਦੂਸਰਾ ਇਮਾਮ ਹੁਸੈਨ ਦਾ ਇਵੇਂ ਹੱਕ ਇਵੇਂ ਬਣਦਾ ਇਹ ਮੈਂ ਲਿਖਿਆ ਯਾ ਪੜ੍ਹਦੇ ਆ ਪਿਆ ਇਹ ਮੇਰਾ ਇਵਾਰਡ ਯਾਫਤਾ ਅੱਲਾ ਪਾਕ ਦੀ ਕਿਸਮ ਸ਼ੇਰ ਜਿਹੜਾ ਸੁਣਾ ਰਿਹਾ ਅਤੇ ਕਸੀਦੇ ਵਾਲੀ ਦੁਨੀਆਂ 'ਚ ਪਹਿਲੀ ਵਾਰੀ ਆ ਰਿਹਾ ਵਾਕਿਆ ਤੇਰਾ ਸੁਣਿਆ ਹੋਇਆ ਪਹਿਲਾ ਸ਼ੇਰ ਇਮਾਮ ਹਸਨ ਦਾ ਇਵੇਂ ਲਿਖਣ ਲੱਗਾ ਮਗਰ ਮੈਂ ਮਹਿਸੂਸ ਕੀਤਾ ਇਹ ਮੇਰੀ ਸ਼ਾਇਰਾਨਾ ਹਾਰ ਬਣਦੀ ਹੈ ਅਗਰ ਸ਼ੇਰ ਵੱਖ ਵੱਖ ਲਿਖਾਂ ਸ਼ਾਇਰਾਨਾ ਹਾਰ ਬਣਦੀ ਹੈ ਜੀਤ ਕਿੱਥਾਂ ਜਿਵੇਂ ਮੁੱਠ ਇਕੱਠਾ ਉਵੇਂ ਹਰ ਸ਼ੇਰ ਇਕੱਠਾ ਹੋਵੇ ਹੈ ਬੜੀ ਮਿਹਨਤ ਹੈ ਹੁਣ ਦੇਖਣਾ ਬਾਈ ਥੋੜ੍ਹਾ ਜਿਹਾ ਇੱਧਰ ਰੱਖੋ ਉਵੇਂ ਸ਼ੇਰ ਇਕੱਠਾ ਬਸ ਇਹ ਸ਼ੇਰ ਸੁਣਾ ਕੇ ਇੱਕ ਲਫ਼ਜ਼ ਆ ਕੇ ਮੈਂ ਸਟੇਜ ਛੋੜਨਾ ਦੋਵਾਂ ਬਿਰਾਵਾਂ ਤਖਤੀਆਂ ਲਿਖੀਆਂ ਮੇਰਾ ਕੋਈ ਲਫ਼ਜ਼ ਜ਼ਮੀਨ 'ਤੇ ਨਾ ਵੰਜੇ ਨਾਨਾ ਜੀ ਖੱਤ ਕਹਿੰਦਾ ਚੰਗਾ ਪਾਕ ਨਬੀਆ ਦਾ ਇਹ ਫੈਸਲਾ ਮੈਂ ਨਹੀਂ ਕਰ ਸਕਦਾ ਆਪਣੇ ਅੱਬੂ ਕੋਲ ਜਾਓ ਜਿਹੜੇ ਜ਼ਾਕਰੀ ਸੁਣਨਾ ਬੈਠੇ ਹੋ ਅੱਬੂ ਕੋਲ ਆਇਆ ਅੱਬੂ ਜੀ ਖੱਤ ਕਹਿੰਦਾ ਚੰਗਾ ਪਾਕ ਅਲੀ ਫਰਮਾਇਆ ਨਾਨੇ ਕੋਲ ਗਏ ਹੋ ਹਾਂ ਉਹਨਾਂ ਕੀ ਫਰਮਾਇਆ ਉਹਨਾਂ ਆਖਿਆ ਇਹ ਮੈਂ ਨਹੀਂ ਫੈਸਲਾ ਕਰ ਸਕਦਾ ਅੱਬੂ ਕੋਲ ਜਾਓ ਪਾਕ ਅਲੀ ਫਰਮਾਇਆ ਜਿਹੜਾ ਫੈਸਲਾ ਤੁਹਾਡਾ ਨਾਨਾ ਨਹੀਂ ਕਰ ਸਕਦਾ ਜਾਗਦੇ ਬੈਠੇ ਹੋ ਉਹ ਫੈਸਲਾ ਮੈਂ ਵੀ ਨਹੀਂ ਕਰ ਸਕਦਾ ਆਪਣੀ ਅੰਮੀ ਕੋਲ ਜਾਓ ਹਾਏ 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 ਅਲੀ ਨੇ ਮੁਹੰਮਦ ਨੇ ਮਿਲ ਕੇ ਬਤੂਲ ਨੂੰ ਇਸ ਕਾਬਿਲ ਸਮਝਿਆ ਦੇਖਣਾ ਬੜਾ ਭਾਈ ਬੜਾ ਪਿਆਰਾ ਸ਼ੇਰ ਇਹ ਗਰਮੀ ਕੋ ਪਸੇ ਪੁਸ਼ਤਰਾ ਕੇ ਸ਼ੇਰ ਸੁਣਨਾ ਅੰਮੀ ਕੋਲ ਆਏ ਅੰਮੀ ਜੀ ਖੱਤ ਕਹਿੰਦ ਚੰਗਾ ਪਾਕ ਬੀਬੀਆ ਜੀ ਨਾਨੇ ਕੋਲ ਗਏ ਹਾਂ ਉਹਨਾਂ ਕੀ ਫਰਮਾਇਆ ਉਹਨਾਂ ਆਪੂ ਕੋਲ ਭੇਜਿਆ ਉਹਨਾਂ ਕੀ ਆਖਿਆ ਉਹਨਾਂ ਤੁਹਾਡੇ ਕੋਲ ਭੇਜਿਆ ਹੁਣ ਬੀਬੀ ਸੋਚਦੀ ਹੈ ਮੈਂ ਕਹਿੰਦੇ ਕੋਲ ਭੇਜਾਂ ਮੈਨੂੰ ਮੌਲਾ ਦੀ ਕਸਮ ਹੈ ਮੇਰਾ ਦਿਲ ਹੀ ਆ ਮੈਂ ਸਟੇਜ ਤੋਂ ਲਾਹਿਆ ਵਾ ਹਾਂ ਮਗਰ ਕਿ ਮੇਰਾ ਲਫ਼ਜ਼ ਜਿਹੜਾ ਇਹ ਸੁਣ ਲੈ ਮੈਂ ਕਹਿੰਦੇ ਕੋਲ ਭੇਜਾਂ ਬੀਬੀ ਦੇ ਗੱਲ 'ਚ ਹਾਰ ਮੈਂ ਵਸੂਕ ਨਾਲ ਨਹੀਂ ਆਖ ਸਕਦਾ ਕਿ ਦਾਣੇ ਕਿੰਨੇ ਹੈ ਮਗਰ ਇਤਨਾ ਪਤਾ ਜ਼ਰੂਰ ਹੈ ਕਿ ਦਾਣੇ ਇੰਨੇ ਜਿਹੜੇ ਦੂ ਤੇ ਤਕਸੀਮ ਨਹੀਂ ਹੁੰਦੇ ਉਹਨੂੰ ਫਰਜ਼ ਕਰ ਲਓ ਤਰਾਏ ਦਾਣੇ ਪੰਜ ਹੁਣ ਦੇਖਣਾ ਬਾਈ ਫਿਰ ਪੰਜ ਦਾਣੇ ਮੈਂ ਜ਼ਮੀਨ ਤੇ ਸੁੱਟਦੀ ਹਾਂ ਇਹ ਮੇਰਾ ਲਫ਼ ਜ਼ਮੀਨ ਤੇ ਨਾ ਵੰਜੇ ਜਿਸ ਮੇਰੇ ਪੁੱਤਰ ਦਾਣੇ ਜ਼ਿਆਦਾ ਚਾਹੇ ਖੱਤ ਉਹਦਾ ਚੰਗਾ ਹਸਨੈਨ ਅਤੇ ਅੰਮੀ ਹਸਨ ਮਨਜ਼ੂਰ ਦਾਣੇ ਜ਼ਮੀਨ ਇੱਕ ਹਸਨ ਚਾਹ ਰਿਹਾ ਇੱਕ ਹੁਸੈਨ ਭਾਵੇਂ ਸੱਕੇ ਫਿਰਾ ਹਨ ਦਾਣੇ ਚਾਵਣ ਚ ਇੱਕ ਫਿਰਾ ਬੈ ਫਿਰਾ ਦੀ ਰਿਆਇਤ ਨਹੀਂ ਕਰ ਰਿਹਾ ਹੈ ਸਮਝ ਗਿਆ ਇੱਕ ਹਸਨ ਇੱਕ ਹੁਸੈਨ ਚਾਰ ਚਵੀਜ ਗਏ ਦਾਣਾ ਬਚ ਗਿਆ ਇੱਕ ਦੋਵਾਂ ਫਿਰਾਵਾਂ ਦੇ ਹੱਥ ਵੱਧੇ ਹੱਥ ਇਕੱਠੇ ਆ ਰਹੇ ਇਹ ਆਮ ਬੱਚਿਆਂ ਦੇ ਹੱਥ ਨਹੀਂ ਇਹ ਦੋ ਇਮਾਮਾਂ ਦੇ ਹੱਥ ਇਕੱਠੇ ਆ ਵੰਜਨ ਝਗੜਾ ਬਣਦਾ ਇਮਾਮਾਂ ਤੇ ਝਗੜਾ ਕੋਈ ਨਹੀਂ ਹੁਣ ਇੱਥੇ ਕੀ ਪਿਓ ਨਾ ਸੁਣੇ ਪੂਰੀ ਕਹਾਣੀ ਸ਼ੇਅਰ ਚਰਜ ਕਰਵਾ ਹੁਣ ਦੇਖਿਆ ਹੁਣ ਦੇਖਣਾ ਮੈਡਮ ਭਾਈ ਮਿਹਰਬਾਨੀ ਦੋਵੇਂ ਹੱਥ ਵੱਧੇ ਖਾਨ ਸਾਹਿਬ ਸ਼ੇਰ ਬੜਾ ਪਿਆਰਾ ਦੋਵੇਂ ਹੱਥ ਵੱਧੇ ਇਦੋਂ ਅੰਮੀ ਪਰੇਸ਼ਾਨ ਜੇ ਹਸਨ ਚਾਹੁੰਦਾ ਹੁਸੈਨ ਮਯੂਸ ਹੁਸੈਨ ਚਾਹੁੰਦਾ ਹਸਨ ਮਯੂਸ ਉਦੋਂ ਅੱਲਾ ਦਾ ਜਬਰੀਲ ਜੀਰਬ ਜਲੀਲ ਜ਼ਮੀਨ ਤੇ ਵੇਖ ਹਿੰਨ ਚਾਵਣ ਕਾਣ ਤਿਆਰ ਕਰੇ ਉਹ ਜਬਰੀਲ ਬਤੂਲ ਚਾਨੇ ਬਚੜੇ ਸੁਣ ਕੇ ਬਾਬਾ ਹੁਣ ਦੇਖਿਆ ਮੇਰੇ ਭਾਈ ਪੂਰੀ ਕਹਾਣੀ ਸ਼ੇਰੇ ਚ ਆਉਏ ਸ਼ੇਰ ਬੜਾ ਮਿਹਰਬਾਨੀ ਭਾਈ ਮਿਹਰਬਾਨੀ ਜੀ ਉਹ ਹਿੰਨ ਚਾਵਣ ਕਾਣ ਤਿਆਰ ਕਰੇ ਜਬਰੀਲ ਬਤੂਲ ਚਾਨੇ ਅਜਾ ਕੋਈ ਮੋਤੀ ਨੂੰ ਨਾ ਉਹ ਕਰ ਮੋਤੀ ਦੇਵਨ ਦੋ ਟੁਕੜੇ ਦੇ ਬੈਠੇ ਹੋ ਅਜਾ ਕੋਈ ਮੋਤੀ ਨੂੰ ਨਾ ਕਰ ਮੋਤੀ ਦੇਵਨ
ਦੋ ਟੁਕੜੇ ਓ ਹਨ ਮਰਜ਼ੀਆਂ ਮੈਂ ਦੀ ਬਤੂ ਅੱਲਾਹ ਦਾ ਮੈਂ ਦੀ ਬਤੂ ਅੱਲਾਹ ਦੇ ਮੈਂ ਦੀ ਬਤੂ ਸੁਣ ਲਿਆ ਬਲਕ ਕਾ ਬਤੋਲ ਲਿਆ ਆਪਿਆਂ ਹੋਣ ਬਰਾਬਰ ਖੁਸ਼ ਖਤੀਆਂ ਆਪਿਆਂ ਹੋਣ ਬਰਾਬਰ ਖੁਸ਼ ਖਤੀਆਂ ਕਿਹਾਂ ਦੇਰਾਂ ਨੇ ਜਬਰੀਲ ਖਤੀਆਂ ਇਹਨਾਂ ਦੀ ਤਾਂ ਮਿਸਾਲ ਕੋਈ ਨਹੀਂ ਅੰਮੀ ਆਦਿਨ ਸ਼ੀਆ ਉੱਥੇ ਹੀ ਹੱਸਦੇ ਉੱਥੇ ਹੀ ਨਾਰੇ ਮਾਰਦੇ ਜੱਟ ਪਾਉਂਦਾ ਰੋ ਪਾਉਂਦੇ ਆਦਿ ਇਤਰਾਜ਼ ਕਰਨ ਵਾਲਾ ਹਰ ਤਸਵੀਰ ਦੇ ਜਿਹੜਾ ਮਸਾਹ ਪੜਸਾਂ ਕਿਉਂਕਿ ਮੈਨੂੰ ਅੱਠਵੇਂ ਇਮਾਮ ਦਾ ਫਰਮਾਨ ਯਾਦ ਹੈ ਮੇਰਾ ਅੱਠਵਾਂ ਇਮਾਮ ਫਰਮਾਉਂਦਾ ਹੈ ਸਾਡਾ ਜ਼ਿਕਰ ਕਰਨ ਵਾਲਾ ਔਰ ਸੁਣਨ ਵਾਲਾ ਬਗੈਰ ਹਿਸਾਬੋ ਕਿਤਾਬ ਕੇ ਜੰਨਤ ਮੇ ਜਾਏਗੇ ਹੁਣ ਦੇਖਿਆ ਬਾਈ ਉੱਥੇ ਇਸ ਦਿਨ ਉੱਥੇ ਰੋਂਦੇ ਸ਼ਾਹ ਜੀ ਹਰ ਤਸਵੀਰ ਦੇ ਦੋ ਰੁੱਖ ਇਵੇਂ ਨਾ ਮੁਮਨੀ ਹਰ ਤਸਵੀਰ ਦੇ ਦੋ ਰੁੱਖ ਇਹ ਮੇਰਾ ਹੱਥ ਤੇਰੇ ਸਾਹਮਣੇ ਇਹ ਇਧਰੋਂ ਵੀ ਹੱਥ ਹੈ ਉਲਟਾ ਕਰ ਦੇਵਾਂ ਤਾਂ ਵੀ ਹੱਥ ਇਤਰਾਜ਼ ਕਰਨ ਵਾਲਾ ਮੁਹੰਮਦ ਵੈਲ ਬੈਦ ਮੁਹੰਮਦ ਦੀ ਕਹਾਣੀ ਔਰ ਇਹ ਜਿਹੜੀ ਪਿਕਚਰ ਹੈ ਤਸਵੀਰ ਹੈ ਇਹਦੇ ਵੀ ਦੋ ਰੁੱਖ ਨੇ ਨਾਨੇ ਕੋਲ ਸਵਾਰੀ ਮੰਗੀ ਮੰਗੀ ਨਾ ਨਾਨੇ ਕੰਧੇ ਦਿੱਤੇ ਕੰਧੇ ਤੇ ਆਮ ਕੰਧੇ ਨਹੀਂ ਇਹ ਉਹ ਕੰਧੇ ਜਿਹਨਾਂ ਕੰਧੇ ਤੇ ਖਤਮ ਨਬੂਵਤ ਦੀ ਮੁਹਰ ਲਿਖੀ ਨਹੀਂ ਗਈ ਬਲਕਿ ਕੁੰਦਾ ਹੈ ਲਿਖੀਣ ਔਰ ਕੁੰਦਾ ਹੋਣ 'ਚ ਫਰਕ ਹੈ ਹੁਣ ਦੇਖਣਾ ਬਾਈ ਜਿਹੜੇ ਗਲੀ ਗਲੀ ਦੌੜਾ ਚੁੱਕੇ ਨੇ ਰੱਜ ਕੇ ਸੈਰ ਕਰ ਚੁੱਕੇ ਨੇ ਆਪਣੀ ਸਵਾਰੀ ਦੀਆਂ ਵਾਗਾਂ ਘਰ ਵੱਲ ਆਈਆਂ ਮੇਰੇ ਮਸਾਹ ਵਿੱਚ ਕੋਈ ਨਹੀਂ ਲਫ਼ਜ਼ ਹੋਣਾ ਬਰਥ ਇੱਕ ਲਫ਼ਜ਼ ਹੀ ਨੂੰ ਹੋਣਾ ਮੈਂ ਅਦਬ ਦੇ ਇੱਕ ਲਫ਼ਜ਼ ਆਖ ਕੇ ਜੇ ਤੂੰ ਰੋ ਸਕੀ ਹੁੰਦਾ ਹੁਣ ਦੇਖਿਆ ਭਾਈ ਆਪਣੀ ਸਵਾਰੀ ਦੀਆਂ ਵਾਗਾਂ ਘਰ ਵੱਲ ਆਈਆਂ ਪਾਕ ਨਬੀ ਘਰ ਆਇਆ ਕਹਿੰਦੇ ਅਲੀ ਦੇ ਆਪਣੀ ਧੀ ਦੇ ਪਸੀਨੇ ਸ਼ਰਾਬੂਰ ਮੁਹੰਮਦ ਕੰਧਿਆਂ ਤੇ ਸਵਾਰ ਹਸਨੈਨ ਬਤੂਲ ਡਿੱਠਾ ਲਫ਼ਜ਼ ਮੇਰਾ ਨਾ ਚੁੱਕੇ ਬਤੂਲ ਡਿੱਠਾ ਸੁਣੀ ਪਹਿਲੇ ਬੈਠੀ ਆਈ ਕਿ ਮੇਰੇ ਬਾਬੇ ਕੋ ਔਖਿਆਂ ਕੀਤਾ ਨੇ ਗਲੀ ਗਲੀ ਫਿਰਾਇਆ ਨੇ ਧੁੱਪ ਤੇ ਲੈ ਗਏ ਜਦ ਅੱਖੀ ਨਾਲ ਡਿੱਠਾ ਕਿ ਮੇਰਾ ਥੱਕਾ ਮਾਂ ਦਾ ਬਾਬਾ ਅਜੇ ਹੀ ਮੇਰੇ ਪੁੱਤਰ ਸਵਾਰ ਹਨ ਕੰਧਿਆਂ ਤੋਂ ਲੱਥੇ ਨਹੀਂ ਪਿਓ ਨਾਲ ਮੁਹੱਬਤ ਬੜੀ ਹੈ ਉੱਠੀਏ ਉੱਠੀਏ ਅਲੀ ਕੋਲ ਆਈ ਅਲੀ ਜੋੜੀ ਤੈਨੀ ਦਾਦੀ ਪਿਆਰੀ ਹੈ ਪਰ ਮੁਹੰਮਦ ਦੀ ਮੈਂ ਵੀ ਕਦੀ ਆ ਸ਼ਾਲਾ ਤੂੰ ਵਸੇ ਮਿਲਾ ਬਾਈ ਅਲੀ ਜੋੜੀ ਤੈਨੀ ਦਾਦੀ ਪਿਆਰੀ ਹੈ ਪਰ ਬਾਬਾ ਮੈਨੂੰ ਵੀ ਦਾਦਾ ਪਿਆਰਾ ਹੈ ਕੀ ਹੋਇਆ ਬਤੂਲ ਆਵੇ ਉੱਠ ਮੰਗ ਲੈਣਾ ਮੈਂ ਨੌਕਰ ਮੈਂ ਨੌਕਰ ਮੈਂ ਨੌਕਰ ਹਰ ਅੱਖ ਹਾਂ ਜਾ ਗਈ ਆ ਜਾਈਆ ਅਲੀ ਜੋੜੀ ਤੈਨ ਵੀ ਦਾਦੀ ਪਿਆਰੀ ਹੈ ਪਰ ਮੁਹੰਮਦ ਦੀ ਮੈਂ ਵੀ ਹਿੱਕਾ ਧੀਆ ਕੀ ਹੋਇਆ ਬਤੂਲ ਸ਼ਾਲਾ ਵਸੋ ਪੈ ਸ਼ਾਲਾ ਜੀਓ ਪੈ ਆਵੇ ਉੱਠ ਮੰਗ ਲੈਣਾ ਔਰ ਜੇ ਮਾਤਮ ਦੀ ਤਿਆਰੀ ਕਰਨੀ ਮੈਂ ਵੱਧ ਆਖਾਂ ਮਾਂ ਨੌਕਰ ਆ ਜਾਈਆ ਅਲੀ ਜੋੜੀ ਤੈਨੀ ਦਾਦੀ ਪਿਆਰੀ ਹੈ ਪਰ ਬਾਬਾ ਮਨਵੀ ਦਾਦਾ ਪਿਆਰਾ ਸੁਣ ਸੁਣ ਲਫ਼ਜ਼ ਜਿਹਨਾਂ ਦੀ ਮਾਤਮ ਨਹੀਂ ਤਿਆਰੀ ਹੁਣ ਅੱਖਾਂ ਪਿਆਰੀਆਂ ਨਹੀਂ ਕਰਨੀਆਂ ਕੀ ਹੋਇਆ ਬਤੂਲ ਰੋਵਾਂ ਤੇ ਦਾਦਾ ਪੈਣ ਫੜਨਾ ਆਵੇ ਉੱਠ ਮੰਗ ਲੈਣਾ ਘੋੜਾ ਮੰਗ ਲੈਣਾ ਕੰਧੇ ਮੇਰੇ ਬਾਬੇ ਦਿੱਤੇ ਨੇ ਇਹਨੂੰ ਗਲੀ ਗਲੀ ਨਾ ਲਾ ਵਾਂਜੇ ਨਾ ਹਸਨੈਨ ਮਾਂ ਦੀ ਗੱਲ ਸੁਣੀ ਆਖਰੀ ਲਫ਼ਜ਼ ਰੋ ਪੈ ਬਈ ਅੰਮੀ ਨਾਰਾਜ਼ ਹੋ ਗਈ ਰੋਨੇ ਕਿੱਥੇ ਨੇ ਨਬੀ ਦੇ ਕੰਧਿਆਂ ਉੱਤੋਂ ਹੰਝੂ ਡੱਠੀਆਂ ਨਬੀ ਦੇ ਸਰ ਤੇ ਆਈਆਂ ਨਬੀ ਡਿੱਠਾ ਹੁਣ ਇੰਜ ਕਿਉਂ ਨਾ ਅੱਖਾਂ ਸਵਾਰੀ ਡਿੱਠਾ ਹਾਏ 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 ਹੁਣ ਨਾ ਸਮਝੇ ਸਵਾਰੀ ਡਿੱਠਾ ਸਵਾਰ ਪਰ ਆਉਂਦੇ ਸ਼ਰੀਫ ਸਵਾਰੀ ਆਈ
ਪਚਾ ਨਹੀਂ ਸਕੀ ਮੁਹੰਮਦ ਦੀ ਦਾ ਸ਼ਾਲਾ ਵਸੇ ਪਿਆ ਮੇਰੇ ਲਫ਼ ਸਮਝ ਗਈਆਂ ਸ਼ਾਲ ਮੈਂ ਸ਼ਰੀਫ ਸਵਾਰੀ ਆਈ ਪਚਾ ਨਹੀਂ ਸਕੀ ਕਦੀ ਨਾ ਧੀ ਦੇ ਅੱਗੋਂ ਬੋਲਣ ਵਾਲਾ ਮੁਹੰਮਦ ਵਾਹ ਬਾਈ ਵਾਹ ਧੀ ਕੋਲ ਆਏ ਅਦਾ ਮੇਰੀ ਧੀ ਅੱਜ ਤੋਂ ਬਾਅਦ ਹਸਨੈਨ ਔਰ ਮੇਰੇ ਮਾਂ ਭੈਣ ਕੋਈ ਗੱਲ ਹੋਵੇ ਤੇਰਾ ਇਹ ਦਾ ਦਖਲ ਨਾ ਸੀ ਜਿਸ ਦੇ ਨਾਲ ਹਸਨੈਨ ਰੋ ਪਵੇ ਆਹੀ ਲਫ਼ਜ਼ ਬਾਈ ਪਾਕ ਨਬੀ ਰੋ ਪਿਆ ਆਦਮ ਇਹੋ ਇਹੋ ਹੀ ਆਖਿਆ ਤਕਲੀਫ ਨਾ ਦੇ ਮੈਨੂੰ ਬਹੁ ਪਿਆਰੇ ਬਤੂਲ ਅਜੀ ਬਾਬਾ ਮੈਂ ਵੀ ਤੇ ਇਹੋ ਆਖਿਆ ਤੈਨੂੰ ਧੁੱਪ ਤੇ ਨਾ ਲੈ ਵਜੇ ਨਾ ਨਬੀ ਅਗਰ ਰੋ ਨਹੀਂ ਇਹ ਉਧਾਰ ਹੋ ਗਿਆ ਨਬੀ ਮੈਂ ਮਸ਼ਾਇਦ ਪੜ੍ਹ ਛੁੜਿਆ ਹੁਣ ਅੱਗੇ ਮੈਂ ਤੈਨੂੰ ਸਿਰਫ ਦੋੜਾ ਸੁਣਾਵਣਾ ਇਹ ਉਧਾਰ ਹੋ ਗਿਆ ਫੈਸਲਾਬਾਦ ਅਜ਼ੀਮ ਮੂਮਿਨ ਇਮਾਨ ਨਾਲ ਦੱਸ ਕੋਈ ਸ਼ਰੀਫ ਮਕਰੂਜ਼ ਹੋ ਜਾਏ ਉਹਦੀ ਕੋਸ਼ਿਸ਼ ਹੁੰਦੀ ਮੇਰਾ ਉਧਾਰ ਲੈ ਜਾਏ ਹਸਨੈਨ ਮਕਰੂਜ਼ ਹੋਏ ਬਚਪਨ ਕਹਿੰਦੇ ਨਬੀਆਂ ਦੇ ਸੁਲਤਾਨ ਦੇ ਮੈਂ ਗਰੀਬ ਦਾ ਸਵਾਲ ਲਈ ਇਹ ਕਰਜ਼ਾ ਲੱਥਾ ਜਾਂ ਕੋਈ ਨਾ ਹੈ ਲੱਥਾ ਕਿਵੇਂ ਇਨ ਕੋਈ ਨਾ ਚਮਨ ਲਹਾ ਉਹ ਜਿਵੇਂ ਕਰ ਹਸਨੈਨ ਲਹਾਇਆ ਏ ਰੋਵਣ ਦੀ ਤਿਆਰੀ ਕਰ ਭਾਈ ਜਿਵੇਂ ਕਰਜ਼ਾ ਲੱਥਾ ਪੂਰੀ ਦੁਨੀਆ ਤੇ ਕੋਈ ਮਕਰੂਜ਼ ਕਰਜ਼ਾ ਨਾ ਲਾਏ ਸੀ ਇਨ ਕੋਈ ਨਾ ਚਮਨ ਲਹਾ ਸਜੇ ਜਿਵੇਂ ਕਰ ਹਸਨੈਨ ਲਹਾਇਆ ਏ ਇਨ ਕੋਈ ਨਾ ਚਮਨ ਲਹਾ ਸਜੇ ਜਿਵੇਂ ਕਰ ਹਸਨੈਨ ਲਹਾਇਆ ਤੀਰ ਲਗੇ ਉਹ ਵੀ ਘਰ ਵਾਪਸ ਵੱਲ ਆਇਆ ਸ਼ਾਲਾ ਦੂਜੀ ਮੈਂ ਸ਼ਾਲਾ ਜਾਈ ਮੈਂ ਨੌਕਰ ਬਾਬਾ ਮੈਂ ਦੇ ਅਦਬ ਤੂੰ ਅਦਬ ਚ ਉਸ ਤੋਂ ਵੱਧ ਕੇ ਮਸਾਇਬ ਕੋਈ ਨੀ ਸੁਣਾ ਸਕਦਾ ਇਨ ਕੋਈ ਨਾ ਚੰਮਾ ਉਹ ਇੱਕ ਦੇ ਮਈਅਤ ਵਿੱਚ ਤੀਰ ਲਗੇ ਸੁਣ ਸੋ ਤਕਸੀਮ ਇਹ ਗਰਜ਼ਾ ਪਿਆ ਲਾਂਦਾ ਇਤਰਾਜ਼ ਕਰਨ ਵਾਲਿਆ ਸ਼ਾਲਾ ਜਿਵੇਂ ਪਿਆ ਸ਼ਾਲਾ ਤੂੰ ਜਿਵੇਂ ਪਿਆ ਬਾਬਾ ਆਤਨਾ ਬਾਦ ਮੈਂ ਨੌਕਰ ਮੈਂ ਤੇਰਾ ਨੌਕਰ ਇਹ ਇਕੱਲਾ ਕੁਛ ਮੰਨਿਆ ਨਾ ਰਹੂਆ ਕਿਆ ਇਕੱਲਾ ਕੁੱਠਾ ਕੱਲਾ ਕੁੱਠਾ ਦੂਜਾ ਹੇਠ ਖੰਜਾਰ ਤਕਸੀਮ ਥਿਆ ਦੂਜਾ ਹੇਠ ਖੰਜਾਰ ਤਕਸੀਮ ਥਿਆ ਦੂਜਾ ਹੇਠ ਖੰਜਾਰ ਤਕਸੀਮ ਥਿਆ ਆ ਚੰਦ ਕਦਮਾਂ ਤੇ ਹਮਸ਼ੀਰ ਦਿੱਤਾ ਦੋ ਲਫ਼ਜ਼ਾਂ ਤੇ ਰੋ ਵੀ ਆ ਇਮਾਨ ਨਾਲ ਬਸ ਮੁੱਕ ਗਈ ਮਜਲਾ ਲਫ਼ਜ਼ ਤੀਰ ਤਰੁਨਾ ਜ਼ਾਕਿਰ ਪੜ੍ਹਦੇ ਨਾ ਸੱਤਰ ਤੀ ਹੋਇਆ ਦਾ ਸੱਤਰ ਹਜ਼ਾਰ ਇਮਾਨ ਨਾਲ ਦੱਸੋ ਇਹ ਜਨਾ ਦਾ ਘਰ ਵੱਲਿਆ ਨਾ ਇੱਕ ਵਾਰੀ ਇਹ ਤੀਰ ਸੱਤਰ ਲੱਖ ਕਿਉਂ ਨਾ ਹੋਵੇ ਆ ਇਹ ਸਖੀਆਂ ਭੈਣਾਂ ਜਨਾਜ਼ੇ ਚ ਤੀਰ ਕੱਢੇ ਬਗੈਰ ਫਿਰਾ ਤਾਂ ਜਨਾਜ਼ਾ ਟੁਰਦੀਆਂ ਟੁਰਦੀਆਂ ਇਹ ਆਮ ਭੈਣਾਂ ਨਹੀਂ ਅੱਲਾ ਜਾਣਦਾ ਸੱਤਰ ਤੀਰ ਨੋ ਸੱਤਰ ਹਜ਼ਾਰ ਨੋ ਸ਼ੁਮਾਰ ਆਪ ਕਰ ਲੈ ਮੈਂ ਮਕਤਲ ਦੀ ਕਿਤਾਬ ਚੋਂ ਪੜਿਆ ਜਨਾਜ਼ੇ ਚ ਤੀਰ ਇਤਨੇ ਆਏ ਸਖੀਆਂ ਭੈਣਾਂ ਕੱਢਦੇ ਕੱਢਦੇ ਹੱਥ ਥੱਕ ਗਏ ਨਹੀਂ ਮਾਫੀ ਮੰਗ ਕੇ ਇੱਕ ਲਫ਼ਜ਼ਾ ਨਾ ਜ਼ਹਿਰ ਮਿਲੀ ਹੋਈ ਕਹਿਣ ਵੇਲੇ ਸੱਜੇ ਲੁੱਟ ਪੈਂਦਾ ਕਹਿਣ ਵੇਲੇ ਖੱਬੇ ਲੁੱਟ ਪੈਂਦਾ ਅੱਜ ਰਾਤ ਹੋਈ ਇਵੇਂ ਰੋ ਕੇ ਆਦਾ ਕਾਸ਼ਮ ਦੀ ਮਾਂ ਹੁਣ ਮੇਰੀਆਂ ਭੇਣਾਂ ਪੁਸੜ ਜਾ ਬੀਬੀ ਬਾਹਰ ਵਜਣ ਲੱਗੀ ਤਿੱਕ ਕਰਦਾ ਹੀ ਅਗੋਂ ਕਾਸ਼ਮ ਆ ਗਈ ਆਦਾ ਮੱਕੇ ਨਾ ਮੈਨੀ ਤੇਰੀਆਂ ਫੁੱਫੀਆਂ ਕੋ ਸੱਦਣ ਇਵੇਂ ਮਾਂ ਤੋਂ ਵੇਖ ਕੇ ਅੱਧ ਰਾਤ ਦੇ ਵੇਲੇ ਕਾਸ਼ਮ ਆਦਾ ਮੈਂ ਵੀ ਜੀਂਦਾ ਹੋਵਾਂ ਤੇ ਤੂੰ ਬਾਹਰ ਵੰਜੇ ਕੌਣ ਵੰਜੇ ਬਸ ਭਾਈ ਹੁਣ ਪੱਥਰ ਦਾ ਜਿਗਰ ਸਵਾਲੇ ਆਦਾ ਮੈਂ ਆਪ ਪੈਸਾ ਬੀਬੀ ਅਜੀ ਕੀ ਵੰਜ ਅਕਸੇ ਕਾਸ਼ਮ ਆਦਾ ਅੰਮਾ ਇਸ ਤੋਂ ਪਹਿਲੇ ਤਾਂ ਮੈਂ ਮੌਤ ਦੀਆਂ ਖ਼ਬਰਾਂ ਕਦੀ ਨਹੀਂ ਦਿੱਤੀਆਂ ਮੇਰੀ ਇਹ ਜਿਹੀ ਹਾਲਤ ਬਣਾ ਮੈਨੂੰ ਬੋਲਣਾ ਨਾ ਪਵੇ ਬੀਬੀ ਗਿਰਵਾਨ ਚਾਹ ਕੀਤਾ ਇਸ ਤੋਂ ਤਿੱਖ ਨਹੀਂ ਕਰ ਸਕਦਾ ਸਿਰ ਚ ਖਾਕ ਦੌੜ ਪਿਆ ਕਾਸ਼ਮ ਚੋਟੀਆਂ ਹਵਾ ਜੁੜਦੀਆਂ ਆਉਂਦੀਆਂ ਮਖਸੂਸ ਅੰਦਾਜ਼ ਚ ਵਹਿਣ ਸੁਣਾਉਂ ਦਰਵਾਜ਼ਾ ਬਤੂਲ ਤੇ ਹੱਥ ਰੱਖਿਆ ਦਰਵਾਜ਼ਾ ਬੰਦ ਆ
ਇਵੇਂ ਰੋਂਦਾ ਰੋਂਦਾ ਜ਼ਮੀਨ ਤੇ ਵਹਿ ਗਿਆ। ਲਿਕ ਮਾਰ ਜਾਦਾ ਪੁੱਪੀ ਜਲਦੀ ਪਹੁੰਚ, ਤੇਰੇ ਸ਼ਾਮ ਵੰਜਣ ਦੇ ਮੌਸਮ ਆ ਗਏ। ਬਾਬਾ ਜਲਦੀ ਪਹੁੰਚ, ਮੈਂ ਯਤੀਮ ਹੋ ਵੀ ਆਉ। ਇਹ ਲਫ਼ਜ਼ ਕਹਿ ਸੁਣਨ ਮਲਕਾ ਸੰਜੋ ਬਾਹਰ ਆ ਕੇ ਦਰਵਾਜ਼ਾ ਖੋਲਿਆ, ਕਾਸਮ ਦੀ ਇਤਲਾਹ ਬਣ ਕੇ ਘਰ ਦਿੱਤੀ। ਕੂੰਜਾ ਪਹਾੜ ਨਬੂਵਤ ਦੀਆਂ ਕੁਰਲਾ ਕੇ ਉੱਠ ਗਿਆ। ਜ਼ੈਨਬ ਕਲਸੂਮ ਦੇ ਵਾਲ ਖੁੱਲ ਗਏ, ਹੁਸੈਨ ਦੀਵਾਰਾਂ ਟਕਰਾਂ ਵਜਾ ਮਰਿੰਦਾ ਹੈ। ਨਾਲ ਘਰ ਆਈ ਅਬਾਸ ਦਾ, ਅਬਾਸ ਦੀ ਜ਼ੌਜਾ ਸੁਣਿਆ ਹੈ, ਇਵੇਂ ਦੌੜ ਕੇ ਆਈ, ਇਹ ਲਫ਼ਜ਼ ਆਖਾਂ। ਆ ਕੇ ਮੰਜ਼ਰ ਦਿੱਠਸ, ਬੀਬੀ ਬੋਲੀ ਨਹੀਂ, ਇਹੋ ਲਫ਼ਜ਼ ਜ਼ਿਹਨ 'ਚ ਰੱਖੇ। ਫਸਲ ਦੀ ਮਾਂ ਬੋਲੀ ਨਹੀਂ, ਬੁਲਾਇਆ ਹੀ ਨਿਸ। ਮਾਹੌਲ ਵੇਖ ਕੇ ਸਮਝ ਗਈ ਹੁਸੈਨ ਇਕੱਲਾ ਰਹਿ ਗਿਆ। ਅੱਲਾ ਜਾਂਦਾ ਰੋਂਦੀ ਵਾਪਸ ਵੱਲੀ, ਅਬਾਸ ਦਾ ਹੱਥ ਕਬਜ਼ੇ ਤਲਵਾਰ ਤੇ। ਆਦਾ ਕਹਿ ਰੋਇ ਬੀਬੀ ਭੈਣ ਕੇ, ਆਦੀ ਤੈ ਫਜ਼ਲ ਪਿਆਰਾ ਕੀਤਾ, ਬਤੂਲ ਦਾ ਵਿਹੜਾ ਉਜੜ ਗਿਆ ਜੀ। ਜਲਿਆ ਕੇ ਬਤੂਲ ਦਾ ਵਿਹੜਾ ਉਜੜ ਗਿਆ। ਅੱਲਾ ਜਾਂਦਾ ਜੀ ਇਵੇਂ ਤੜਪ ਕੇ ਉੱਠਿਆ, ਕੋਲ ਆ ਗਿਆ। ਆਜਾ ਜਲਦੀ ਕਰ, ਮੇਰੇ ਜਿਗਰ ਪਿਆ ਫਟਦਾ, ਹੋਇਆ ਕਿ ਮੈਨੂੰ ਸਮਝਾ ਕੇ ਦੱਸ, ਇਹ ਵੇਲੇ ਕਿਉਂ ਪਿਆ ਨੀ, ਬਤੂਲ ਦਾ ਵਿਹੜਾ ਉਜੜ ਗਿਆ। ਫਜ਼ਲ ਦੀ ਮਾਂ ਦੀ ਦਾਹ ਨਿਕਲੀ, ਬੀਬੀ ਰੋ ਗਿਆ ਜੀ, ਮਾਂ ਫਸਲ ਉੱਠੀ ਕਰ ਨਹੀਂ ਦੇ, ਰੱਖ ਕਮਰ ਤੇ ਹੱਥ ਵਿੱਚ ਵਿਹੜੇ ਦੇ, ਓਏ ਵਦਨ ਹੁੰਦਾ ਪਿਓ ਕੁਬੇਰਾ। ਸੁਣੋ ਓਏ ਕਲਸੂਮ ਮਾਤੀਏ, ਓਏ ਅਸੀਂ ਉੱਜੜ ਗਏ ਹੋ, ਓ ਸਰ ਨੰਗਾ ਜਾਈ ਜ਼ਹਾਰਾ ਦਾ, ਖਾਤੂਨ ਦੀ ਜੋੜੀ ਨਿਖੜ ਗਈ ਏ, ਓਏ ਆਂਦਾ ਵੈਣ ਕਾਸਿਮ ਦੇ ਮਾ ਹੁਸੈਨ ਕਲ ਜੀ ਆਖਾ ਜੀ ਆਖਾ ਬਾਬਾ ਮੈਂ ਜੀ ਆਖਾ, ਮੈਂ ਤੇਰਾ ਨੌਕਰ ਆ, ਮੈਂ ਤੇਰਾ ਨੌਕਰ ਮੈਂ ਜੀ ਜੀ ਆਖਾ, ਮਾ ਫਜ਼ਲ ਦੀ ਜੀ ਗਾਜ਼ੀ ਕੋ ਉੱਠ ਕਰ ਨਹੀਂ ਦੇ, ਓ ਮੈਂ ਮਰ ਜਾ ਪਿਓ ਕੁਬੇਰਾ। ਵੱਲ ਕੀ ਹੋਇਆ, ਵੱਲ ਕੀ ਹੋਇਆ, ਓਏ ਕਲ ਸੁਮਤੀ ਅਸੀਂ ਉੱਜੜ ਗਏ ਹੈ, ਸਰ ਨੰਗਾ ਜਾਈ ਜ਼ਹਾਰਾ ਦਾ, ਖਾਤੂਨ ਦੀ ਜੋ ਵੀ ਨਿਖੜ ਗਈ ਏ, ਹੁਸੈਨ ਕੱਲਾ ਰਹਿ ਗਿਆ ਹੈ। ਹੱਥ ਮਾਰ ਗਿਆ